ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼ਾਰਟ ਮੂਵੀਜ਼ ਡੈਸਟੀਨੀ ਕ੍ਰੀਏਟਰ ਬੇਟੀ ਵਾਂਸ ਅਗੇਨ ਦੇ ਡਾਇਰੈਕਟਰ ਪ੍ਰੋਡਿਊਸਰ ਕੁੰਵਰ ਅਮਿਤ ਸਿੰਘ ਔਰ ਉਹਨਾਂ ਦੇ ਟੀਮ ਮੈਨੇਜਰ ਗੌਤਮ ਰਾਜਪੂਤ ਜੀ ਦੇ ਨਾਲ। ਸਤਿ ਸ਼੍ਰੀ ਅਕਾਲ, ਤੁਹਾਨੂੰ ਦੋਵਾਂ ਨੂੰ ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਅਮਿਤ ਜੀ, ਪਹਿਲਾਂ ਤਾਂ ਇਹ ਦੱਸੋ ਕਿ ਸ਼ਾਰਟ ਮੂਵੀਜ਼ ਬਣਾਉਣ ਦਾ ਜਿਹੜਾ ਤੁਹਾਡਾ ਖਿਆਲ ਹੈ ਇਹ ਕਦੋਂ ਆਇਆ ਤੇ ਕਿਉਂ ਆਇਆ? ਅਸੀਂ ਸ਼ਾਰਟ ਮੂਵੀਜ਼ ਦਾ ਖਿਆਲ ਇਸ ਕਰਕੇ ਆਏ ਕਿਉਂਕਿ ਕਾਫੀ ਸਾਰੇ ਲੋਕ ਬਿਗ ਬਜਟ ਮੂਵੀਜ਼ ਜ਼ਿਆਦਾ ਬਣਾ ਰਹੇ ਸੀ ਅਤੇ ਇਹ ਪਲਾਨ ਕਦੀ ਕਿਸੇ ਨੇ ਕੀਤਾ ਨਹੀਂ ਕਿ ਸ਼ਾਰਟ ਮੂਵੀਜ਼ ਵੀ ਮਾਰਕੀਟ 'ਚ ਆ ਸਕਦੀਆਂ ਨੇ ਅਤੇ ਇਨ ਸਿਨੇਮਾਜ਼ ਵਿੱਚ ਵੀ ਰਿਲੀਜ਼ ਹੋ ਸਕਦੀਆਂ ਨੇ। ਤਾਂ ਇਸ ਕਰਕੇ ਮੈਂ ਆਈ ਥਿੰਕ 5 ਸਾਲ ਪਹਿਲਾਂ ਮੈਂ ਪਲਾਨ ਕੀਤਾ ਸੀ ਕਿ ਸ਼ਾਰਟ ਮੂਵੀਜ਼ ਨੂੰ ਲੈ ਕੇ ਮੈਂ ਇਸ ਪੰਜਾਬ 'ਚ ਆਵਾਂ ਤਾਂ ਕਿ ਇਹ ਪ੍ਰੋਜੈਕਟ ਇੱਥੇ ਲਾਂਚ ਕੀਤਾ ਜਾਵੇ। ਹੁਣ ਕਾਫੀ ਅੱਛਾ ਟਾਈਮ ਹੋ ਗਿਆ ਕਿ ਲਾਂਚ ਹੋਇਆ ਜਾਂਦਾ ਤਾਂ ਕਾਫੀ ਮੈਨੂੰ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ ਇਸ ਮੂਵੀਜ਼ ਦਾ। ਪਹਿਲੇ ਦੀ ਲਾਈਫ 'ਚ ਮੈਂ ਕਿਤੇ ਕਿਉਂਕਿ ਡਾਂਸ ਕੋਰੀਓਗ੍ਰਾਫਰ ਸੀਗਾ, ਇੱਕ ਕੰਟੈਸਟੈਂਟ ਵੀ ਰਿਹਾ ਮੈਂ ਡਾਂਸ ਇੰਡੀਆ ਡਾਂਸ ਦੇ ਵਿੱਚ ਅਤੇ ਕਾਫੀ ਸਾਰੇ ਰਿਐਲਿਟੀ ਸ਼ੋਅਸ ਹੋਰ ਵੀ ਕੀਤੇ, ਬਹੁਤ ਅੱਛੇ ਅੱਛੇ ਆਰਟਿਸਟ ਨਾਲ ਵਰਕ ਕੀਤਾ ਮੈਂ। ਬਟ ਮੇਰਾ ਮੇਨ ਗੋਲ ਸੀ ਕਿ ਮੈਂ ਇੱਕ ਡਾਇਰੈਕਟਰ ਬਣਨਾ ਸੀ। ਮੈਂ ਇੱਕ ਕੋਰੀਓਗ੍ਰਾਫਰ ਤੋਂ ਮੈਂ ਜਰਨੀ ਐਜ਼ ਅਸਿਸਟੈਂਟ ਡਾਇਰੈਕਟਰ, ਅਸਿਸਟੈਂਟ ਤੋਂ ਬਾਅਦ ਫਿਰ ਮੈਂ ਇੱਕ ਡਾਇਰੈਕਟਰ 'ਤੇ ਆਇਆ ਹੁਣ ਪਹੁੰਚਿਆ। ਮਤਲਬ 7 ਸਾਲ ਦੀ ਮੇਰੀ ਮਿਹਨਤ ਸੀਗੀ ਜੋ ਮੈਂ ਪੂਰਾ ਸਰਕਲ ਕੰਪਲੀਟ ਕੀਤਾ ਆਪਣਾ ਮੁੰਬਈ ਤੋਂ ਇੱਥੇ ਤੱਕ ਦਾ। ਥੋੜ੍ਹਾ ਅਲੱਗ ਸੀ ਬਟ ਐਕਚੁਲੀ ਕਿੱਦਾਂ ਕਿ ਇੱਕ ਏਮ ਹੋ ਗਿਆ ਸੀ ਮੇਰਾ ਕਿ ਡਾਂਸ ਕਰ ਰਹੇ ਸੀ, ਅਗਰ ਅਸੀਂ ਇੱਕ ਆਰਟਿਸਟ ਬਣਨਾ ਆਰਟਿਸਟ ਨੂੰ ਆਲਰਾਊਂਡਰ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਹਦੇ ਕਰਕੇ ਮੈਂ ਡਾਂਸ ਦੇ ਨਾਲ ਨਾਲ ਐਕਟਿੰਗ ਵੱਲ ਵੀ ਧਿਆਨ ਦਿੱਤਾ, ਮਾਡਲਿੰਗ ਵੱਲ ਵੀ ਧਿਆਨ ਦਿੱਤਾ ਅਤੇ ਇੱਕ ਡਾਇਰੈਕਸ਼ਨ ਵੱਲ ਵੀ ਧਿਆਨ ਦਿੱਤਾ। ਮੇਰਾ ਪ੍ਰੋਪਰ ਮੇਨ ਗੋਲ ਇਹੀ ਸੀਗਾ ਕਿ ਮੈਂ ਇੱਕ ਡਾਇਰੈਕਟਰ ਬਣਾਂ, ਕਿਉਂਕਿ ਜੋ ਚੀਜ਼ਾਂ ਮੈਂ ਅਚੀਵ ਕਰਨਾ ਚਾਹੁੰਦਾ ਸੀਗਾ ਉਹ ਟਾਈਮ ਦੇ ਵਿੱਚ ਮੈਂ ਨਹੀਂ ਕਰ ਪਾਇਆ। ਬਟ ਮੈਂ ਚਾਹੁੰਦਾ ਕਿ ਹੁਣ ਜੋ ਨਵੀਂ ਯੂਥ ਆ ਜੋ ਕਰਨਾ ਚਾਹੁੰਦੀ ਚੀਜ਼ ਅਚੀਵ ਕਰਨਾ ਚਾਹੁੰਦੀ ਤਾਂ ਕਿ ਮੈਂ ਉਹਨਾਂ ਨੂੰ ਅਚੀਵ ਕਰਵਾ ਸਕਾਂ ਸਾਰੀ ਚੀਜ਼ਾਂ। ਮੁਸ਼ਕਿਲ ਤਾਂ ਬਹੁਤ ਹੋਈ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਟੀਮ ਖੜੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਕਹਿ ਸਕਦਾ ਨਾ ਕਿ ਕਾਇੰਡ ਆਫ ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿ ਬੰਦਾ ਮਤਲਬ ਸਾਡੀ ਏਜ ਦਾ ਬੰਦਾ ਇਹ ਚੀਜ਼ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤਾਂ ਟੀਮ ਖੜੀ ਕਰਨ ਨੂੰ ਤਾਂ ਬਹੁਤ ਟਾਈਮ ਲੱਗਿਆ ਮੈਨੂੰ ਐਕਚੁਲੀ, 2-3 ਸਾਲਾਂ ਤੋਂ ਮੈਂ ਲੱਗਿਆ ਰਿਹਾ ਪ੍ਰੋਪਰ ਟੀਮ ਖੜੀ ਕਰਨ ਨੂੰ। ਹਾਲੇ ਵੀ ਇੱਕ ਹੁਣ ਜਾ ਕੇ ਮੈਂ ਆਪਣੇ 5 ਸਾਲਾਂ ਬਾਅਦ ਪ੍ਰੋਪਰ ਇੱਕ ਟੀਮ ਖੜੀ ਕੀਤੀ ਹੈ ਕਿਉਂਕਿ ਮੈਨੂੰ ਸੀ ਕਿ ਮੈਂ ਇੱਕ ਚੀਜ਼ ਕਰ ਸਕਦਾ, ਮੈਨੂੰ ਆਪਣੇ 'ਤੇ ਯਕੀਨ ਸੀਗਾ ਕਿ ਐਕਚੁਲੀ ਅਗਰ ਮੈਂ ਤਾਂ ਅਗਰ ਇੱਥੇ ਸ਼ੁਰੂਆਤ ਕੀਤੀ ਹੈ ਤਾਂ ਮੈਂ ਹੀ ਇਹਨੂੰ ਕੰਪਲੀਟ ਕਰੂੰਗਾ, ਇਹਨੂੰ ਮੈਂ ਅੱਗੇ ਤੱਕ ਲੈ ਕੇ ਜਾਊਂਗਾ। ਮੁੰਬਈ ਜਾਣਾ ਫਿਰ ਉਸ ਤੋਂ ਵਾਪਸ ਆਉਣਾ ਬਹੁਤ ਅਜੀਬ ਜਿਹੀ ਗੱਲ ਹੈ, ਬਹੁਤ ਅਜੀਬ ਜਿਹਾ ਡਿਸੀਜਨ ਤੁਸੀਂ ਕੀਤਾ, ਬਹੁਤ ਰਿਸਕੀ ਡਿਸੀਜਨ ਸੀਗਾ। ਫੈਮਿਲੀ ਦਾ ਕਿੰਨਾ ਕੁ ਸਪੋਰਟ ਸੀਗਾ ਇਹਦੇ ਵਿੱਚ? ਫੈਮਿਲੀ ਦਾ ਮੋਸਟਲੀ ਕਿਤੇ ਕਿ ਸਪੋਰਟ ਸੀਗਾ ਹੀ ਨਹੀਂ ਮੈਨੂੰ ਮੋਸਟਲੀ ਕਿ ਬਟ ਕਾਇੰਡ ਆਫ ਕਹਿ ਸਕਦੇ ਹਾਂ ਕਿ ਅਗਰ ਫੈਮਿਲੀ ਅਗਰ ਸਪੋਰਟ ਮੈਨੂੰ ਕਰਦੇ ਉਸ ਵਕਤ ਸ਼ਾਇਦ ਮੈਂ ਇਹ ਚੀਜ਼ਾਂ ਨਾ ਕਰ ਪਾਉਂਦਾ। ਅਗਰ ਮੈਨੂੰ ਉਹਨਾਂ ਨੇ ਸਪੋਰਟ ਨਹੀਂ ਕੀਤੀ ਤਾਂ ਹੀ ਮੈਨੂੰ ਮੇਰੀ ਕੈਪੇਬਿਲਿਟੀ ਪਤਾ ਲੱਗੀ ਐਕਚੁਲੀ ਕਿ ਮੈਂ ਵੀ ਇਹ ਸਾਰੀ ਚੀਜ਼ਾਂ ਕਰ ਸਕਦਾ। ਇਸ ਕਰਕੇ ਹੁਣ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਕਿਉਂਕਿ ਐਕਚੁਲੀ ਹੁਣ ਮੈਨੂੰ ਦੇਖਦੇ ਨੇ, ਔਰ ਮੇਰੀ ਪਹਿਲੀ ਫਿਲਮ ਜਦੋਂ ਉਹਨਾਂ ਨੇ ਥੀਏਟਰ ਜਾ ਕੇ ਦੇਖੀ ਤਾਂ ਉਹਨਾਂ ਨੂੰ ਬਹੁਤ ਅੱਛਾ ਲੱਗਿਆ। ਹੁਣ ਬੈਕ ਟੂ ਬੈਕ ਹੁਣ ਮੂਵੀਜ਼ ਦੇਖਦੇ ਨੇ, ਹੁਣ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਮੇਰੇ ਮੁੰਡੇ ਨੇ ਕੁਛ ਹਾਲੇ ਅਚੀਵ ਕੀਤਾ। ਮੈਂ ਆਡੀਅੰਸ ਨੂੰ ਅਬਜ਼ਰਵ ਕਰਦਾ ਔਰ ਉਹਨਾਂ ਨੂੰ ਅਬਜ਼ਰਵ ਕਰਦਾ ਕਿ ਮਾਰਕੀਟ 'ਚ ਕੀ ਚੱਲ ਰਿਹਾ। ਡੈਸਟੀਨੀ ਕ੍ਰੀਏਟਰ ਕਹਿ ਸਕਦਾ ਕਿ ਆਰਟਿਸਟ ਦੀ ਲਾਈਫ 'ਤੇ ਸੀਗੀ, ਮੈਂ ਪੂਰੀ ਆਰਟਿਸਟ ਦੀ ਲਾਈਫ ਪੂਰੀ ਇਸ ਫਿਲਮ 'ਚ ਦਿਖਾਈ। ਖੰਡ ਖੇਡਣਾ, ਬਾਲ ਮਜ਼ਦੂਰੀ 'ਤੇ ਸੀ ਪੂਰੀ ਫਿਲਮ ਐਕਚੁਲੀ, ਬਾਲ ਮਜ਼ਦੂਰੀ ਅੱਜ ਵੀ ਹੈਗੀ ਹੈ, ਨਹੀਂ ਜਾ ਰਹੀ ਬਟ ਹੈ ਕਿ ਜਿੰਨੇ ਹੱਦ ਤੱਕ ਅਸੀਂ ਸਾਰੇ ਮਿਹਨਤ ਕਰਦੇ ਪਏ, ਹੁਣ ਯੂਥ ਹੋਰ ਵੀ ਬਹੁਤ ਸਮਝਦਾਰ ਹੋ ਚੁੱਕੀ ਹੈ, ਮਿਹਨਤ ਕਰਦੇ ਪਏ, ਸ਼ਾਇਦ ਇਹ ਵੀ ਜਲਦੀ ਖਤਮ ਹੋ ਜਾਏ। ਬੇਟੀ ਵੰਸ ਕਹਿੰਦੇ ਹੁੰਦੇ ਸੀਗੇ ਸੇਫ ਗਰਲਸ, ਕਿ ਜੋ ਲੋਕ ਕਹਿ ਰਹੇ ਨੇ ਕਿ ਬੋਇਜ਼ ਐਂਡ ਗਰਲਸ ਆਰ ਇਕੁਅਲ, ਬਟ ਇਕੁਐਲਿਟੀ ਹਾਲੇ ਵੀ ਨਹੀਂ ਦਿਖਾ ਰਹੇ ਹੋ ਸਭ ਚੀਜ਼ਾਂ ਦੇ ਵਿੱਚ ਜੀ। ਬਾਕੀ ਤਾਂ ਹੁਣ ਅਸਲੀ ਦੌਲਤ ਆ ਰਹੀ ਹੈ ਜੀ ਇਹ 'ਚ, ਬਸ ਇਹ ਚਾਹੁੰਦੇ ਹਾਂ ਕਿ ਯੂਥ ਸਮਝੇ ਕਿ ਆਪਣੀ ਫੈਮਿਲੀ ਨੂੰ ਸਮਝੇ, ਕਿ ਆਪਣੀ ਫੈਮਿਲੀ ਨੂੰ ਸਪੋਰਟ ਕਰੇ, ਕਿ ਇਹ ਨਾ ਹੋਵੇ ਕਿ ਫੈਮਿਲੀ ਨੂੰ ਛੱਡ ਕੇ ਉਹ ਪੈਸਿਆਂ ਵੱਲ ਜ਼ਿਆਦਾ ਭੱਜੇ। ਗੌਤਮ ਜੀ, ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਲਾਈਨ ਵਿੱਚ ਆਏ ਨੂੰ? ਮੈਨੂੰ ਐਕਚੁਅਲੀ ਇਹਨਾਂ ਨਾਲ ਵੰਸ ਮਤਲਬ ਜਾਣਦੇ ਤਾਂ 7 ਸਾਲਾਂ ਤੋਂ ਆ, ਅਤੇ ਮਤਲਬ ਫਿਰ ਇਹ ਮੁੰਬਈ ਚਲੇ ਗਏ ਸੀਗੇ ਅਤੇ ਉਸ ਤੋਂ ਬਾਅਦ ਇਹ ਹੁਣ ਵਾਪਸ ਆਏ ਨੇ, ਅਤੇ ਮਤਲਬ 1 ਸਾਲ ਹੋ ਗਿਆ ਇਹਨਾਂ ਨਾਲ ਕੰਮ ਕਰਦੇ ਨੂੰ ਜੀ। ਕਿਵੇਂ ਦਾ ਐਕਸਪੀਰੀਅੰਸ ਰਿਹਾ ਇਸ 1 ਸਾਲ ਵਿੱਚ? ਐਕਸਪੀਰੀਅੰਸ ਤਾਂ ਮਤਲਬ ਬਹੁਤ ਵਧੀਆ ਰਿਹਾ, ਮਤਲਬ ਜਦੋਂ ਪਹਿਲਾਂ ਆਏ ਗਏ ਫਿਰ ਕਹਿੰਦੇ ਆਪਾਂ ਫਿਲਮ ਕਰਨੀ ਆ, ਮੈਨੂੰ ਵੀ ਨਹੀਂ ਯਕੀਨ ਆਇਆ ਸੀਗਾ ਜੀ, ਅਤੇ ਉਸ ਤੋਂ ਬਾਅਦ ਫਿਰ ਦੇਖਿਆ ਨਾਲ ਜਾ ਕੇ ਕਹਿੰਦੇ, ਫਿਰ ਮੈਂ ਕਿਹਾ ਹਾਂ, ਉਸ ਤੋਂ ਬਾਅਦ ਫਿਰ ਕਰਦੇ ਰਹੇ ਜਦੋਂ ਕੰਮ ਵਧੀਆ ਐਕਸਪੀਰੀਅੰਸ, ਗਲਤੀਆਂ ਵੀ ਹੋਈਆਂ ਬਟ ਸੁਧਾਰੀਆਂ ਵੀ, ਅੱਜ ਉਹੀ ਗਲਤੀਆਂ ਗੱਲ ਕਰਕੇ ਉਰੇ ਆਏ ਹਾਂ। ਐਜ਼ ਅ ਟੀਮ ਮੈਨੇਜਰ ਕਿੰਨਾ ਕੁ ਔਖਾ ਤੁਹਾਡੇ ਲਈ ਪੂਰੀ ਟੀਮ ਨੂੰ ਸੰਭਾਲਣਾ? ਔਖਾ ਤਾਂ ਹੈ ਬਟ ਨੈਗੇਟਿਵਿਟੀ ਜਮ੍ਹਾਂ ਅਸੀਂ ਰੱਖੀ ਨਹੀਂ ਬਿਲਕੁਲ ਵੀ, ਵੀ ਇਹੀ ਸੋਚਦੇ ਨੇ ਵੀ ਬਸ ਹੋ ਜਾਊਗਾ,
ਕਰ ਦਾਂਗੇ। ਲਾਈਕ ਇਹ ਸਭ ਚੀਜ਼ਾਂ ਦਾ ਚਲੋ ਸਾਹਮਣਾ ਕਰਨਾ ਪੈਂਦਾ, ਇੱਕ ਸਾਨੂੰ ਮੇਨ ਸਾਹਮਣਾ ਕਰਨਾ ਪੈਂਦਾ ਪ੍ਰੋਡਿਊਸਰਸ ਦਾ, ਕਿਉਂਕਿ ਇੱਕ ਚੀਜ਼ ਜਦੋਂ ਫਿਲਮ ਅਸੀਂ ਉਹਨਾਂ ਦੇ ਕਹਿਣ 'ਤੇ ਸ਼ੁਰੂ ਕਰ ਦਿੰਦੇ ਹਾਂ ਅਤੇ ਵਿੱਚ ਕੇ ਜਾ ਕੇ ਨਾ ਪ੍ਰੋਡਿਊਸਰਸ ਵੀ ਬੈਕ ਆਊਟ ਕਰ ਜਾਂਦੇ ਨੇ, ਤਾਂ ਕਹਿੰਦੇ ਨੇ ਕਿ ਐਕਚੁਲੀ ਨਹੀਂ ਬਹੁਤ ਅੱਛੀ ਚੀਜ਼ ਬਣਦੀ ਹੋਵੇ, ਉਹ ਕਹਿੰਦੇ ਨੇ ਕਿ ਨਹੀਂ ਅੱਛੀ ਚੀਜ਼ ਨਹੀਂ ਬਣਦੀ ਪਈ, ਸੈਟਿਸਫਾਈਡ ਨਹੀਂ ਗਏ ਅਸੀਂ, ਬਟ ਜਦੋਂ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ ਫਿਰ ਕਹਿੰਦੇ ਯਾਰ ਅਸੀਂ ਉਹ ਚਾਂਸ ਮਿਸ ਕਰਤਾ, ਅਤੇ ਹੁਣ ਕਰਕੇ ਹੁਣ ਆਮ ਅਸਲੀ ਦੌਲਤ ਫਿਲਮ ਦੇ ਵਿੱਚ ਵੀ ਮੈਨੂੰ ਤਾਂ ਇੱਕ ਪ੍ਰੋਡਿਊਸਰ ਸੀਗੇ ਮੇਰੇ ਗੋਲਡਨ ਆਰਟਸ, ਅਤੇ ਉਹਨਾਂ ਨੇ ਵਿੱਚ ਜਾ ਕੇ ਬੈਕ ਆਊਟ ਕਰਤਾ, ਅਤੇ ਉਹਦੇ ਕਰਕੇ ਫਿਰ ਮੈਨੂੰ ਅਤੇ ਮੇਰੇ ਫਰੈਂਡ ਨੂੰ ਮੁੰਬਈ ਤੋਂ ਡਿਸੀਜ਼ਨ ਲੈਣਾ ਪਿਆ ਥਰਡ ਹੈ ਪ੍ਰੋਡਕਸ਼ਨ ਤੋਂ, ਅਤੇ ਅਸੀਂ ਦੋਨਾਂ ਨੇ ਮਿਲ ਕੇ ਅਸੀਂ ਦੌਲਤ ਦਾ ਸਾਰਾ ਪ੍ਰੋਡਕਸ਼ਨ ਦਾ ਕੰਮ ਸੰਭਾਲ ਜੀ। ਅਤੇ ਜੇ ਅਸੀਂ ਗੱਲ ਕਰੀਏ ਕਿ ਡਿਊਰੇਸ਼ਨ ਜਿਹੜੀ ਹੁੰਦੀ ਹੈ ਸ਼ਾਰਟ ਮੂਵੀ ਦੀ ਉਹ ਛੋਟੀ ਹੁੰਦੀ ਹੈ ਕੰਪੈਰੇਟਿਵਲੀ ਟੂ ਜਿਹੜੀ ਵਧੀਆ ਫਿਲਮ ਹੁੰਦੀਆਂ ਨੇ, ਇੱਕ ਇੰਨੇ ਇੰਟੈਂਸ ਟੌਪਿਕ ਨੂੰ ਛੋਟੀ ਜਿਹੀ ਡਿਊਰੇਸ਼ਨ ਵਿੱਚ ਦਿਖਾਉਣਾ ਕਿੰਨਾ ਕੁ ਔਖਾ ਹੁੰਦਾ? ਮੁਸ਼ਕਿਲ ਹੈ ਬਟ ਇੱਦਾਂ ਹੈ ਕਿ ਹਾਂ ਨਾਮੁਮਕਿਨ ਹੈ ਕਈ, ਕਿਉਂਕਿ ਅਗਰ ਆਪਾਂ ਜੋ ਚੀਜ਼ਾਂ ਉਹ ਤਿੰਨ ਘੰਟੇ ਵਿੱਚ ਦਿਖਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਇੱਕ ਸਟੋਰੀ ਨਰੇਟ ਕਰਦੇ ਕਰਦੇ ਇੱਕ ਮਸਾਲਾ ਵੀ ਦਿਖਾਉਣਾ, ਕਿ ਉਹਨਾਂ ਨੇ ਆਡੀਅੰਸ ਕਵਰ ਕਰਨੀ ਹੈ, ਮੈਂ ਸਿਰਫ ਸੱਚਾਈ ਦਿਖਾਉਣੀ ਹੈ ਕਿ ਜੋ ਸੱਚ ਹੋ ਰਿਹਾ, ਅਤੇ ਉਹ ਸੱਚਾਈ ਦਿਖਾਉਂਦੇ ਦਿਖਾਉਂਦੇ ਮੈਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਕਿ ਆਡੀਅੰਸ ਨੂੰ ਇਹ ਚੀਜ਼ ਸਮਝ ਆ ਰਹੀ ਹੈ, ਉਹਨਾਂ ਨੂੰ ਪਸੰਦ ਲੱਗ ਰਹੀ ਹੈ, ਤਾਂ ਉਹਦੇ ਕਰਕੇ ਫਿਰ ਥੋੜ੍ਹਾ ਮੁਸ਼ਕਿਲ ਹੁੰਦਾ ਬਟ ਹੋ ਜਾਂਦਾ ਮੇਰੇ ਲਈ ਪੋਸੀਬਲ। ਗੌਤਮ ਜੀ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ? ਬਹੁਤ ਅੱਛਾ, ਕਿਉਂਕਿ ਕਾਫੀ ਟਾਈਮ ਤੋਂ ਜਿਵੇਂ ਅਸੀਂ ਜਾਣਦੇ ਇੱਕ ਦੂਸਰੇ ਨੂੰ, ਅਤੇ ਜਿੱਦਾਂ ਇਹਨੇ ਦੱਸਿਆ ਕਿ ਹਾਂ ਸੈੱਟ ਦੇ ਗਲਤੀਆਂ ਹੁੰਦੀਆਂ, ਮੈਂ ਡਾਂਟ ਦਿੰਦਾ ਉਹਨਾਂ, ਲੇਕਿਨ ਇਹਦੇ ਫਿਲਮ ਮੇਰੀ ਪੂਰੀ ਟੀਮ ਦੇ ਵਿੱਚ ਮੇਰਾ ਬ੍ਰਦਰ ਵੀ ਨੇ, ਹੋਰ ਵੀ ਕਾਫੀ ਸਾਰੀ ਟੀਮ ਨੇ, ਇਹਨਾਂ ਨੂੰ ਐਕਚੁਲੀ ਮੇਨ ਇੱਦਾਂ ਹੁੰਦਾ ਕਿ ਹਾਂ ਵੀ ਮੇਰੇ ਤੋਂ ਡਾਂਟ ਨਾ ਪਵੇ, ਬਸ ਇਹਨਾਂ ਨੂੰ ਵਾਰ ਵਾਰ ਕੰਮ ਸੰਭਾਲ ਲੈਂਦੇ ਨੇ। ਠੀਕ ਹੈ, ਤੇ ਤੁਹਾਨੂੰ ਕੰਮ ਕਰਕੇ ਕਿੱਦਾਂ ਦਾ ਲੱਗਿਆ? ਕੰਮ ਕਰਕੇ ਤਾਂ ਜੀ ਬਹੁਤ ਵਧੀਆ ਲੱਗਿਆ, ਕਿਉਂਕਿ ਮੈਂ ਪਹਿਲਾਂ ਮਤਲਬ ਸਿੰਗਿੰਗ ਲਾਈਨ 'ਚ ਪਿਆ ਹੋਇਆ ਸੀਗਾ, ਅਤੇ ਸਿੰਗਿੰਗ ਤੋਂ ਮਤਲਬ ਫਿਰ ਮੈਂ ਰਿਆਜ਼ ਹੀ ਬੰਦ ਕਰਤੀ ਸੀ, ਉਹਦੇ ਕਰਕੇ ਮੇਰਾ ਗਲਾ ਜਿਹਾ ਬਹਿ ਗਿਆ, ਅਤੇ ਫਿਰ ਹੋਰ ਫਿਰ ਅਸ਼ਰੇ ਜਿਹੇ ਸੀ ਘਰਦਿਆਂ ਦੇ, ਤਾਂ ਕਰਕੇ ਫਿਰ ਉੱਧਰੋਂ ਜਦੋਂ ਵਾਪਸ ਆਏ ਸੀਗੇ ਮੁੰਬਈ ਤੋਂ, ਫਿਰ ਇਹਨਾਂ ਨਾਲ ਜਦੋਂ ਲੱਗੇ ਫਿਰ ਆਪਣਾ ਮਤਲਬ ਇੱਕ ਜਿਵੇਂ ਆਪਾਂ ਡਿਫਰੈਂਟ ਜਿਹਾ ਲੈਵਲ ਕਹਿ ਦਿੰਦੇ ਖੜਾ ਹੋ ਗਿਆ, ਉਹ ਮਤਲਬ ਕਰਨ ਲੱਗ ਗਿਆ ਮੈਂ ਸਟਾਰਟ, ਫਿਰ ਕਰਦੇ ਕਰਦੇ ਅੱਜ ਵਧੀਆ ਚੱਲ ਰਿਹਾ, ਹੁਣ ਅੱਗੇ ਵੀ ਵਧੀਆ ਚੱਲੇ। ਅਤੇ ਜੇ ਅਸੀਂ ਗੱਲ ਕਰੀਏ ਕਿ ਹੁਣ ਤੱਕ ਜਿਹੜੀਆਂ ਮੂਵੀਜ਼ ਤੁਸੀਂ ਕੀਤੀਆਂ ਨੇ ਉਹਦੇ ਵਿੱਚ ਕੋਈ ਇੱਦਾਂ ਦਾ ਮੂਮੈਂਟ ਜੋ ਤੁਹਾਨੂੰ ਚਾਹੇ ਅੱਛਾ ਚਾਹੇ ਬੁਰਾ ਜੋ ਤੁਹਾਨੂੰ ਹਮੇਸ਼ਾ ਯਾਦ ਰਹੇ ਜਾਂ ਕੋਈ ਪ੍ਰਾਊਡ ਵਾਲਾ ਮੂਮੈਂਟ? ਪ੍ਰਾਊਡ ਵਾਲਾ ਮੂਮੈਂਟ ਵੀ ਹੈਗੇ, ਵੈਸੇ ਦੂਸਰੇ ਮੂਮੈਂਟ ਵੀ ਹੈਗੇ ਨੇ। ਪ੍ਰਾਊਡ ਵਾਲਾ ਮੂਮੈਂਟ ਮੇਰੇ ਲਈ ਬੈਸਟ ਹੋਇਆ ਸੀ ਮੇਰੀ ਫਿਲਮ ਸੀ ਖੰਡ ਖੇਡਣਾ, ਐਕਚੁਲੀ ਖੰਡ ਖੇਡਣਾ ਕਿ ਪਹਿਲੀ ਇਹੋ ਜਿਹੀ ਫਿਲਮ ਸੀ ਬਾਲ ਮਜ਼ਦੂਰ ਤੇ ਕਿ ਜੋ ਲਾਈਕ ਮੇਰੇ ਲਈ ਇੱਕ ਚੈਲੰਜ ਸੀਗਾ ਕਿ ਯਾਰ ਇਹ ਮੂਵੀ ਨਹੀਂ ਚੱਲ ਸਕਦੀ, ਪੋਸੀਬਲ ਹੀ ਨਹੀਂ ਹੈਗੀ ਇਹ ਚੀਜ਼ ਕਿ ਬਾਲ ਮਜ਼ਦੂਰੀ ਨੂੰ ਕੋਈ ਸਪੋਰਟ ਨਹੀਂ ਕਰੂਗਾ, ਬਟ ਉਸ ਚੀਜ਼ ਦਾ ਮੈਂ ਵੀ ਰਿਕਾਰਡ ਬ੍ਰੇਕ ਕੀਤਾ ਕਿ ਕੰਟੀਨਿਊਸਲੀ 3-4 ਡੇਜ਼ ਮੇਰਾ ਸ਼ੋਅ ਹਾਊਸਫੁੱਲ ਰਿਹਾ ਲੁਧਿਆਣੇ, ਅਤੇ ਮੈਨੂੰ ਇਹ ਸੀਗਾ ਕਿ ਨਹੀਂ ਹੋ ਸਕਦਾ ਬਟ ਪੋਸੀਬਲ, ਬਟ ਹੋਇਆ ਚੀਜ਼। ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਵਿੱਚ ਟਾਈਮ ਇਹੋ ਜਿਹਾ ਵਿੱਚ ਆਇਆ ਕਿ ਕੁਛ ਮੇਰੀ ਟੀਮ ਦੇ ਕੁਛ ਮੈਂਬਰ ਸੀਗੇ ਜਿਨ੍ਹਾਂ ਨੇ ਫਿਲਮ ਦੇ ਵਿੱਚ ਪ੍ਰੋਬਲਮ ਕਰਕੇ ਫਿਲਮ ਨੂੰ ਦੇ ਰਾਈਟਸ ਵਿਦਆਊਟ ਮੇਰੀ ਪਰਮਿਸ਼ਨ ਸੀਲ ਕਰਤੇ, ਤਾਂ ਉਹ ਚੀਜ਼ਾਂ ਥੋੜ੍ਹਾ ਮੈਨੂੰ ਪ੍ਰੋਬਲਮ ਫੇਸ ਕਰਨੀ ਪਈ, ਬਟ ਅੱਜ ਵੀ ਆਡੀਅੰਸ ਨੂੰ ਯਾਦ ਆ ਕਿ ਖੰਡ ਖੇਡਣਾ ਫਿਲਮ ਇਸ ਟਾਈਮ ਦੀ ਬਹੁਤ ਅੱਛੀ ਫਿਲਮ ਗਈ ਹੈ। ਇਹਦੀ ਸਟੋਰੀ ਲਾਈਨ ਹੈਗੀ ਜੀ ਕਿ ਜਿਹੜੇ ਸਾਡੇ ਅਸਲੀ ਦੌਲਤ ਹੁੰਦੇ ਆ ਉਹ ਸਾਡੇ ਮਾਤਾ ਪਿਤਾ ਹੁੰਦੇ ਨੇ, ਪੈਸਾ ਨਹੀਂ ਹੁੰਦਾ, ਕਿ ਇਹੀ ਚੀਜ਼ ਮੈਂ ਦੱਸਣਾ ਚਾਹੁੰਦਾ ਯੂਥ ਨੂੰ ਵੀ ਕਿ ਜੇ ਤੁਸੀਂ ਅਸਲੀ ਦੌਲਤ ਆਪਣੇ ਮਾਤਾ ਪਿਤਾ ਨੂੰ ਸਮਝੋ, ਪੈਸੇ ਵਾਲੇ ਨਾ ਭੱਜੋ, ਕਿ ਆਉਣ ਵਾਲੇ ਟਾਈਮ 'ਚ ਨਾ ਫਿਰ ਮਾਤਾ ਪਿਤਾ ਰਹਿੰਦੇ ਨੇ ਨਾ ਫਿਰ ਪੈਸਾ ਰਹਿੰਦਾ, ਜਾਣਾ ਤਾਂ ਫਿਰ ਬੰਦੇ ਨੂੰ ਇਕੱਲੇ ਪੈਂਦੇ ਹੀ। ਬਹੁਤ ਅੱਛੇ ਆਰਟਿਸਟ ਨੇ ਕੰਮ ਕੀਤਾ, ਰਜਿੰਦਰ ਰੋਜੀ ਮੈਮ ਨੇ ਸੀਨੀਅਰ ਆਰਟਿਸਟ, ਅੰਮ੍ਰਿਤਪਾਲ ਸਿੰਘ, ਬਾਕੀ ਮੈਂ ਵਿਸ਼ਾਲ, ਸੋਨੀਆ ਮੈਮ, ਅਤੇ ਬਹੁਤ ਜਲੰਧਰ ਤੋਂ ਵੀ ਬਹੁਤ ਅੱਛੇ ਆਰਟਿਸਟ ਨੇ ਜਿਹੜੇ ਨਿਊ ਕਮਰਸ ਨੇ ਜਿਨ੍ਹਾਂ ਨੇ ਕੰਮ ਕੀਤਾ ਮੇਰੇ ਨਾਲ ਇਸ ਫਿਲਮ ਦੇ ਵਿੱਚ, ਮਤਲਬ ਉਹਨਾਂ ਦਾ ਲਾਈਕ ਐਕਸਪੀਰੀਅੰਸ ਮੇਰੇ ਨਾਲ ਕੰਮ ਕਰਕੇ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਮੂਵੀ ਤੋਂ ਹੋਰ ਵੀ ਅੱਗੇ ਵੱਧ ਸਕਦੇ ਹਾਂ। ਬਿਲਕੁਲ, ਇਹੀ ਸਟੋਰੀ ਤੁਸੀਂ ਕਿਉਂ ਚੁਣੀ? ਇਹ ਸਟੋਰੀ ਜੀ ਲਾਈਕ ਇਸ ਲਈ ਚੂਜ਼ ਕੀਤੀ ਕਿਉਂਕਿ ਇਹ ਚੀਜ਼ਾਂ ਅਸੀਂ ਆਪਣੀ ਰੀਅਲ ਲਾਈਫ 'ਚ ਦੇਖ ਰਹੇ ਹਾਂ, ਕਿਉਂਕਿ ਆਫਟਰ ਮੈਰਿਜ ਕੋਈ ਵਾਈਫ ਮਾਕਾ ਹਸਬੈਂਡ ਨਾਲ ਮਿਲ ਕੇ ਆਪਣੀ ਮਾਂ ਨੂੰ ਬਾਹਰ ਨਿਕਾਲ ਦਿੰਦੇ ਨੇ, ਬੱਚੇ ਸਾਡੇ ਏਜ ਦੇ ਆਪਣੀ ਸਿਹਤ ਪੁਗਾਉਣ ਵਾਸਤੇ ਫੈਮਲੀ ਨੂੰ ਪ੍ਰੈਸ਼ਰ ਕਰਦੇ ਨੇ ਕਿ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਸਾਨੂੰ ਜਿੱਦਾਂ ਦਾ ਮਰਜ਼ੀ ਕਿਤੋਂ ਵੀ ਲੈ ਕੇ ਦਿਓ, ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਫੈਮਲੀ ਨੇ ਪਿੱਛੇ ਕੀ ਫੇਸ ਕੀਤਾ, ਉਹ ਚੀਜ਼ਾਂ ਨਹੀਂ ਸੋਚਦੇ, ਤਾਂ ਇਸ ਕਰਕੇ ਮੈਂ ਇਹ ਸਟੋਰੀ ਆਪ ਲਿਖੀ ਸੀ, ਸੋਚਿਆ ਕਿ ਮੈਂ ਇਸ ਚੀਜ਼ ਨੂੰ ਲਿਖਾਂ ਅਤੇ ਆਡੀਅੰਸ ਤੱਕ ਅੱਛਾ ਮੈਸੇਜ ਲੈ ਕੇ ਜਾਵਾਂ। ਜਿਹੜੀ ਸਟੋਰੀਜ਼ ਤੁਸੀਂ ਹੁਣ ਤੱਕ ਕੀਤੀਆਂ, ਚਾਹੇ ਉਹ ਡੈਸਟੀਨੀ ਕ੍ਰੀਏਟਰ, ਖੰਡ ਖੇਡਣਾ, ਬੇਟੀ ਵੰਸ ਅਗੇਨ, ਅਸਲੀ ਦੌਲਤ, ਇਹ ਬਹੁਤ ਇੰਟੈਂਸ ਔਰ ਡੀਪ ਵਾਲੀਆਂ, ਮਤਲਬ ਜਿੱਦਾਂ ਤੁਸੀਂ ਯੂਥ ਨੂੰ ਰਿਪ੍ਰੈਜੈਂਟ ਕਰਦੇ ਹੋ, ਤਾਂ ਇਹ ਯੂਥ ਕਈ ਵਾਰੀ
ਮੋਸਟਲੀ ਇਹਨਾਂ ਚੀਜ਼ਾਂ ਦੇ ਆਪੋਜ਼ਿਟ ਚੱਲ ਰਹੇ ਤਾਂ ਤੁਸੀਂ ਇੱਕ ਆਈਨਾ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਡਰ ਨਹੀਂ ਸੀਗਾ ਕਿ ਯੂਥ ਇਸ ਚੀਜ਼ ਨੂੰ ਐਕਸੈਪਟ ਕਰੇਗਾ ਕਿ ਨਹੀਂ ਜਾਂ ਤੁਹਾਡੀ ਮੂਵੀਜ਼ ਨੂੰ ਪਸੰਦ ਕਰੇਗਾ ਕਿ ਨਹੀਂ ਨਹੀਂ ਐਕਚੁਅਲੀ ਮੈਂ ਤਾਂ ਸਿਰਫ ਇੱਕ ਹੀ ਚੀਜ਼ 'ਤੇ ਬਿਲੀਵ ਕਰਦਾ ਕਿ ਕੰਮ ਕਰੋ ਕੰਮ ਕਰੇ ਜਾਓ ਪੋਜ਼ਿਟਿਵ ਜਾਂ ਨੈਗੇਟਿਵ ਰਿਸਪੋਂਸ ਦਾ ਆਡੀਅੰਸ ਦੇ ਉਹਨਾਂ ਦੇ ਹੱਥੀ ਹੈ ਕਿ ਉਹਨਾਂ ਨੂੰ ਦੇਖ ਕੇ ਪਸੰਦ ਆਊਗੀ ਕਿ ਅਗਰ ਅੱਛੀ ਲੱਗੀ ਤਾਂ ਅੱਛਾ ਰਿਸਪੋਂਸ ਕਰਨਗੇ ਨਹੀਂ ਲੱਗੀ ਤਾਂ ਕਹਿ ਦੇਣਗੇ ਕਿ ਨਹੀਂ ਅੱਛੀ ਅਸੀਂ ਹੋਰ ਵੀ ਟਰਾਈ ਕਰਦੇ ਹਾਂ ਕਿ ਹੋਰ ਵੀ ਇਸ ਤੋਂ ਅੱਛਾ ਹੋਰ ਵੀ ਬੈਟਰ ਲੈ ਕੇ ਆਵਾਂ ਮੈਂ ਹੁਣ ਤਾਂ ਬਾਕੀ ਮੇਰਾ ਤਾਂ ਇਹੀ ਰਹਿੰਦਾ ਕਿ ਹਮੇਸ਼ਾ ਟਾਰਗੇਟ ਕਿ ਸਿਰਫ ਕੰਮ ਕਰੋ ਕੰਮ ਕਰਦੇ ਰਹੋ ਤਾਂ ਹੋ ਜਾਂਦਾ ਪੋਸੀਬਲ ਗੌਤਮ ਜੀ ਕਦੇ ਇੱਦਾਂ ਹੋਇਆ ਸੈੱਟ ਤੇ ਸਭ ਕੁਝ ਆਲਰੇਡੀ ਸੈੱਟ ਹੈਗਾ ਬਸ ਸ਼ੂਟ ਚੱਲ ਰਹੀ ਹੈ ਕੁਝ ਹੋ ਰਿਹਾ ਤੇ ਵਿੱਚ ਤੁਹਾਡੇ ਜਾਂ ਤਾਂ ਲਾਈਟਿੰਗ ਖਰਾਬ ਹੋ ਗਈ ਹੈ ਤੁਹਾਡਾ 뮤직 ਸਿਸਟਮ ਖਰਾਬ ਹੋ ਗਿਆ ਤਾਂ ਤੁਹਾਨੂੰ ਡਾਂਟ ਪੈ ਗਈ ਹੋਵੇ ਹਾਂਜੀ ਹੋਇਆ ਸੀਗਾ ਇਹ ਮਤਲਬ ਨਾ ਸ਼ੋਟ ਤੀਜਾ ਸ਼ੋਟ ਸੀਗਾ ਤੇ ਤੀਜੇ ਸ਼ੋਟ ਵਿੱਚ ਐਕਚੁਅਲੀ ਲੈਟਾਂ ਲੱਗੀਆਂ ਹੋਈਆਂ ਸੀਗੀਆਂ ਓਕੇ ਪਤਾ ਨਹੀਂ ਪਿੱਛੋਂ ਕੋਈ ਲੰਘ ਗਿਆ ਜਾਂ ਕਿਹਨੇ ਕ੍ਰੋਸ ਕਰ ਗਿਆ ਸੀ ਕ੍ਰੋਸ ਕਰ ਗਿਆ ਤੇ ਉਹ ਤਾਰ ਹਿੱਲ ਗਈ ਇੱਧਰੋਂ ਕਹਿੰਦਾ ਐਕਸ਼ਨ ਸਟਾਰਟ ਉੱਧਰੋਂ ਬੰਦ ਹੋ ਗਈਆਂ ਲੈਟਾਂ ਬਸ ਲੇਟ ਨਾਈਟ ਸ਼ੂਟ ਕਰਦੇ ਪਏ ਸੀ ਅਸੀਂ ਸੀਨ ਕਰਦੇ ਪਏ ਸੀ ਕਿਉਂਕਿ ਇਸ ਲਈ ਫਿਲਮ ਦੇ ਵਿੱਚ ਕਾਫੀ ਸੀਰੀਅਸ ਸੀਨ ਸੀਗੇ ਉਹ ਇੱਕਦਮ ਹੀ ਲਾਈਟ ਕੋਈ ਕ੍ਰੋਸ ਕਰਕੇ ਗਿਆ ਲਾਈਟ ਨੀਚੇ ਹੀ ਗਿਰ ਗਈ ਤੇ ਮੈਂ ਸ਼ੌਕ ਮੈਂ ਕਿਹਾ ਕੀ ਹੋ ਗਿਆ ਇੱਕਦਮ ਇਹ ਚਾਹੁੰਦਾ ਕਿਉਂਕਿ ਪ੍ਰੋਡਕਸ਼ਨ ਵਾਲਿਆਂ ਨੂੰ ਪੂਰਾ ਜਵਾਬ ਦੇਣਾ ਪੈਂਦਾ ਫਿਰ ਮੈਂ ਇਹਨਾਂ ਨੂੰ ਡਾਂਟਿਆ ਮੈਂ ਕਿਹਾ ਤੁਸੀਂ ਜਾ ਕੇ ਚੈੱਕ ਕਰੋਗੇ ਐਗਜੈਕਟ ਹੋਇਆ ਕੀ ਹੈ ਉਹ ਸਾਨੂੰ 1-2 ਘੰਟਾ ਟਾਈਮ ਹੋਰ ਉੱਤੇ ਲੱਗਿਆ ਬਟ ਹਾਰ ਕੇ ਅਸੀਂ ਕੰਪਲੀਟ ਕੀਤੀ ਅਸੀਂ ਅੱਜੀ ਫਿਲਮ ਬਣ ਗਈ ਉਸ ਤੋਂ ਬਾਅਦ ਹਾਂਜੀ ਅੱਗੇ ਕੀ ਪਲਾਨ ਕਰ ਰਹੇ ਹੋ ਜਿਹੜੀ ਵੱਡੀ ਫਿਲਮ ਹੋਣੀ ਆ ਉਹਨਾਂ ਦੀ ਪਲਾਨ ਹੈਗਾ ਅਸੀਂ ਨੈਕਸਟ ਈਅਰ ਇੱਕ ਫਿਲਮ ਲੈ ਕੇ ਆ ਰਹੇ ਹਾਂ ਕਲਾਕਾਰ ਮਤਲਬ ਐਕਚੁਅਲੀ ਉਹ ਹੈਗੀ ਆ ਕਿ ਕਲਾਕਾਰ ਬੰਦਾ ਇੱਕ ਸਿੰਗਰ ਦੀ ਕਹਾਣੀ ਹੈ ਕਿ ਕਲਾਕਾਰ ਬੰਦਾ ਆਪਣੇ ਟੈਲੈਂਟ ਨਾਲ ਬਣਦਾ ਪੈਸੇ ਨਾਲ ਨਹੀਂ ਬਣਦਾ ਕਿ ਅੱਜ ਦੇ ਟਾਈਮ 'ਚ ਕਾਫੀ ਸਾਰੇ ਸਿੰਗਰਸ ਆ ਆਟੋ ਟਿਊਨ ਯੂਜ਼ ਕਰਦੇ ਨੇ ਅਸੀਂ ਚਾਹੁੰਦੇ ਕਿ ਜੋ ਪੁਰਾਣੇ ਟਾਈਮ ਦੀ ਗਾਇਕੀ ਸੀ ਉਸ ਬੇਸ 'ਤੇ ਇੱਕ ਫਿਲਮ ਲੈ ਕੇ ਆਈ ਜਾਵੇ ਤੁਸੀਂ ਹੁਣ ਤੱਕ ਜਿੰਨੀਆਂ ਮੂਵੀਜ਼ ਦੇ ਵੀ ਨਾਮ ਲਿੱਤੇ ਹੈ ਜੋ ਵੀ ਸਟੋਰੀ ਲਾਈਨਸ ਦੱਸੀ ਉਹ ਸਭ ਟਰੂ ਇਵੈਂਟਸ ਤੇ ਬੇਸਡ ਹਨ ਹਾਂਜੀ ਰਾਈਟ ਤੇ ਤੁਹਾਨੂੰ ਆਪ ਨੂੰ ਚੂਜ਼ ਕਰਨਾ ਔਖਾ ਨਹੀਂ ਹੁੰਦਾ ਕਿਉਂਕਿ ਅੱਜ ਦੇ ਟਾਈਮ ਤੇ ਤਾਂ ਬਹੁਤ ਸਾਰੇ ਲੋਕਾਂ ਦੇ ਟਰੂ ਇਵੈਂਟਸ ਹੁੰਦੇ ਨੇ ਸੈਡ ਵਾਲੇ ਵੀ ਹੁੰਦੇ ਨੇ ਵਧੀਆ ਵਾਲੇ ਵੀ ਹੁੰਦੇ ਨੇ ਕਿਉਂਕਿ ਇਹਨਾਂ ਦੇ ਕਰਨਾ ਔਖਾ ਨਹੀਂ ਹੁੰਦਾ ਛੇ ਵਾਲੀ ਫਿਲਮ ਬਣਾਉਣੀ ਹੈ ਤਾਂ ਉਹ ਨਹੀਂ ਬਣਾਉਣੀ ਔਖਾ ਹੁੰਦਾ ਬਟ ਐਕਚੁਅਲੀ ਨਾ ਜੋ ਚੀਜ਼ ਮੈਨੂੰ ਖੁਦ ਨੂੰ ਪਸੰਦ ਆਉਂਦੀ ਹੈ ਮੈਨੂੰ ਬਾਏ ਹਾਰਟ ਪਸੰਦ ਆਉਂਦੀ ਹੈ ਕਿ ਯਾਰ ਇਹ ਚੀਜ਼ ਮੈਂ ਕਰ ਸਕਦਾ ਮੈਨੂੰ ਬਹੁਤ ਅੱਛੀ ਲੱਗੂਗੀ ਕਰਕੇ ਕਿਉਂਕਿ ਉਸੇ ਚੀਜ਼ ਨੂੰ ਫਿਰ ਮੈਂ ਹੱਥ ਪਾਉਣਾ ਹੁੰਦਾ ਮੇਰੇ ਲਈ ਇਹ ਹੁੰਦਾ ਕਿ ਗੋਲ ਕਿ ਯਾਰ ਅਗਰ ਇਹ ਚੀਜ਼ ਮੈਂ ਕਰ ਰਿਹਾ ਤਾਂ 100% ਆਪਣਾ ਪੂਰਾ ਜ਼ੋਰ ਦੇਵਾਂ ਇਸ ਫਿਲਮ ਦੇ ਉੱਤੇ ਤੇ ਜੇ ਅਸੀਂ ਦੇਖੀਏ ਇਨ ਫਿਊਚਰ ਤੁਹਾਨੂੰ ਐਜ਼ ਅ ਤੁਸੀਂ ਡਾਂਸਰ ਵੀ ਸੀਗੇ ਕੋਰੀਓਗ੍ਰਾਫਰ ਵੀ ਰਹੇ ਹੋ ਅਸਿਸਟੈਂਟ ਡਾਇਰੈਕਟਰ ਵੀ ਰਹੇ ਹੋ ਹੁਣ ਫੁੱਲ ਫਲੇਜ ਐਜ਼ ਅ ਡਾਇਰੈਕਟਰ ਆ ਰਹੇ ਹੋ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਮੈਂ ਹਾਲੇ ਵੀ ਆਪਣੇ ਆਪ ਨੂੰ ਇੱਕ ਆਰਟਿਸਟ ਦੇ ਰੂਪ 'ਚ ਦੇਖ ਰਿਹਾ ਕਿਉਂਕਿ ਐਕਚੁਅਲੀ ਮੇਰਾ ਸਟਾਰਟਿੰਗ ਤੋਂ ਇਹ ਸੀ ਕਿ ਮੈਂ ਆਲਰਾਊਂਡਰ ਆਰਟਿਸਟ ਬਣਨਾ ਚਾਹੁੰਦਾ ਤੇ ਉਹੀ ਚੀਜ਼ ਤੇ ਰਹਿ ਕੇ ਮੈਂ ਚੱਲ ਰਿਹਾ ਕਿਉਂਕਿ ਜਰਨੀ ਸਟਾਰਟ ਇਹ ਸਭ ਕੁਝ ਦਿੱਤਾ ਮੈਨੂੰ ਡਾਂਸ ਨੇ ਦਿੱਤਾ ਐਕਚੁਅਲੀ ਡਾਂਸ ਨੂੰ ਨਹੀਂ ਅਸੀਂ ਭੁੱਲ ਸਕਦੇ ਫਿਰ ਡਾਂਸ ਨੇ ਡਾਂਸ ਤੋਂ ਪੂਰੀ ਜਨਰੀ ਬਣੀ ਉੱਥੋਂ ਆ ਕੇ ਹੁਣ ਇੱਕ ਡਾਇਰੈਕਟਰ ਬਣਿਆ ਮੈਂ ਤੇ ਸਭ ਤੋਂ ਵੱਡਾ ਹੱਥ ਐਕਟਿੰਗ ਕਾਈਂਡ ਆਫ ਕਹਿ ਸਕਦੇ ਹਾਂ ਲਾਈਕ 2 ਸਾਲ ਕਾਫੀ ਪਏ ਨੇ ਅੱਛਾ ਹਾਂਜੀ ਉਹਦੇ ਲਈ ਹਾਲੀ ਪਲਾਨ ਨਹੀਂ ਹੈ ਨਾ ਬੇਸਿਕਲੀ ਹਾਲੀ ਕੋ ਪਲਾਨ ਨਹੀਂ ਕੀਤਾ ਜਿਹਨੇ ਆਲਰਾਊਂਡਰ ਹੋਣਾ ਫਿਰ ਐਕਟਿੰਗ ਤਾਂ ਸਿਰ ਕਰਨੀ ਪੈਣੀ ਜ਼ਰੂਰ ਜੀ ਜ਼ਰੂਰ ਠੀਕ ਤੇ ਅਸਲੀ ਦੌਲਤ ਵਿੱਚ ਕੋਈ ਰੋਲ ਤੁਸੀਂ ਕੀਤਾ ਹੋਵੇ ਹਾਂਜੀ ਮਤਲਬ ਇੱਕ ਲਾਈਕ ਸਪੋਰਟਿੰਗ ਰੋਲ ਹੈ ਮੇਰਾ ਕਿ ਅਸੀਂ ਇੱਕ ਫੈਮਿਲੀ ਨੂੰ ਦੂਸਰੀ ਦੀ ਫੈਮਿਲੀ ਨਾਲ ਕਿਵੇਂ ਮਿਲਾਉਣਾ ਅੱਛਾ ਉਹ ਪੂਰਾ ਅਸੀਂ ਪੂਰੇ ਫਿਲਮ ਦੇ ਵਿੱਚ ਦਿਖਾਇਆ ਉਹ ਤੁਸੀਂ ਹੁਣ ਜਦੋਂ ਤੁਸੀਂ 30 ਤਰੀਕ ਨੂੰ ਦੇਖੋਗੇ ਸਿਨੇਮਾ 'ਚ ਤੁਹਾਨੂੰ ਪਤਾ ਲੱਗ ਜੂਗਾ ਮਤਲਬ ਸ਼ੁਰੂਆਤ ਕਰ ਲਈ ਐਕਟਿੰਗ ਦੀ ਹਾਂਜੀ ਹਾਂਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਡਾਇਰੈਕਟਰ ਤੋਂ ਬਾਅਦ ਐਜ਼ ਐਨ ਐਕਟਰ ਐਜ਼ ਐਕਟਰ ਆਪਣੇ ਆਪ ਨੂੰ ਕੈਮਰਾ ਫੇਸ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਐਕਚੁਅਲੀ ਤੇ ਮੇਰੇ ਲਈ ਅੱਛਾ ਸੀ ਕਾਫੀ ਸਾਰੀ ਚੀਜ਼ਾਂ ਮੈਂ ਦੇਖੀਆਂ ਐਕਚੁਅਲੀ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਐਜ਼ ਔਨ ਕੈਮਰਾ ਜਦੋਂ ਅਸੀਂ ਆਉਂਦੇ ਹਾਂ ਬਹੁਤ ਸਾਰੀ ਚੀਜ਼ਾਂ ਮੈਂ ਸਿੱਖੀਆਂ ਐਕਚੁਅਲੀ ਆ ਕੇ ਔਨ ਕੈਮਰਾ ਤੇ ਮੈਨੂੰ ਹੈ ਕਿ ਚਲੋ ਨੈਕਸਟ ਟਰਾਈ ਕਰਾਂਗੇ ਬਹੁਤ ਜਲਦੀ ਅਸੀਂ ਐਜ਼ ਐਕਟਿੰਗ 'ਚ ਵੀ ਕਿਸ ਕੰਮ 'ਚ ਜ਼ਿਆਦਾ ਮਜ਼ਾ ਆਉਂਦਾ ਹੈ ਲੋਕਾਂ ਨੂੰ ਡਾਂਟ ਕੇ ਐਜ਼ ਅ ਡਾਇਰੈਕਟਰ ਕਿ ਡਾਂਸ ਵਗੈਰਾ ਕਰਕੇ ਜਾਂ ਐਜ਼ ਐਨ ਐਕਟਰ ਕਿਹਦੇ 'ਚ ਜ਼ਿਆਦਾ ਮਜ਼ਾ ਆਇਆ ਡਾਂਟ ਕੇ ਐਜ਼ ਅ ਡਾਇਰੈਕਟਰ ਡਾਂਟ ਕੇ ਤੁਹਾਨੂੰ ਡਾਂਟ ਖਾ ਕੇ ਮਜ਼ਾ ਆਉਂਦਾ ਹਾਂਜੀ ਹਾਂਜੀ ਡਾਂਟ ਤਾਂ ਉਹ ਵੀ ਇੱਕ ਵਾਰੀ ਡਾਂਟ ਪੈਂਦੀ ਹੈ ਬਟ ਅਗਲੀ ਵਾਰੀ ਉਹ ਗਲਤੀ ਹੁੰਦੀ ਨਹੀਂ ਜੀ ਬਿਲਕੁਲ ਤੇ ਅੱਗੇ ਕਿਹੜੇ ਫਿਊਚਰ ਪਲਾਨਸ ਤੁਸੀਂ ਲੈ ਕੇ ਆ ਰਹੇ ਹੋ ਕਿ ਐਕਚੁਅਲੀ ਹੈਗੀਆਂ ਨੇ ਬਟ ਮੂਵੀਜ਼ ਵੀ ਕਾਫੀ ਅੱਛੇ ਆ ਰਹੇ ਨੇ ਹੁਣ ਇੱਕ ਕਾਫੀ ਮੈਂ ਕਮਰਸ਼ੀਅਲ ਸੌਂਗਸ ਵੀ ਲੈ ਕੇ ਆ ਰਿਹਾ ਐਜ਼ ਆ ਮੈਂ ਇੱਕ ਰੈਪ ਐਜ਼ ਆ ਰੈਪਰ ਵੀ ਇੱਕ ਆਰਟਿਸਟ ਵੀ ਹਾਂ ਸੋ ਇੱਕ ਮੇਰਾ ਖੁਦ ਦਾ ਇੱਕ ਰੈਪ ਵੀ ਆ ਰਿਹਾ ਪਲਾਨ ਕਰ ਰਹੇ ਅਸੀਂ ਬਹੁਤ ਜਲਦੀ ਅਸੀਂ ਸ਼ੂਟ ਕਰੀਏ ਅਸੀਂ ਥੋੜ੍ਹਾ ਟਾਈਮ ਦਾ ਥੋੜ੍ਹਾ ਸਾਨੂੰ ਪ੍ਰੋਬਲਮ ਹੋ ਰਹੀ ਹੈ ਕੁਝ ਕਰਨਾ ਪਰ ਟਾਈਮ ਦਾ ਮੈਨੇਜਮੈਂਟ ਜੀ ਥੋੜ੍ਹਾ ਟਾਈਮ ਦਾ ਪ੍ਰੋਬਲਮ ਚੱਲਦੀ ਹੈ ਸਾਨੂੰ ਤੇ ਫਿਰ ਐਜ਼ ਅ ਰੈਪਰ ਕਿਉਂ ਐਜ਼ ਅ ਰੈਪਰ ਇਸ ਲਈ ਕਿਉਂਕਿ ਇਹ ਵੀ ਮੈਨੂੰ ਐਕਚੁਅਲੀ ਸ਼ੌਂਕ ਸੀ ਮੇਰਾ ਓਕੇ ਮੈਂ ਰੈਪਿੰਗ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਆਪਣੀ ਆਵਾਜ਼ ਬਹੁਤ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਕਿਉਂਕਿ ਮੇਰੇ ਜੋ ਲਵਜ਼ ਹੈਗੇ ਜੋ ਮੈਂ ਮੂਵੀਜ਼ ਦੇ ਸੁਣ ਦਿਖਾਉਣਾ ਚਾਹੁੰਦਾ ਮੈਂ ਉਹੀ ਚਾਹੁੰਦਾ ਕਿ ਮੈਂ ਉਹੀ ਚੀਜ਼ ਹੁਣ ਐਜ਼ ਆਪਣੇ ਗਾ ਕੇ ਦਿਖਾਉਂ ਐਜ਼ ਅ
ਗੌਤਮ ਜੀ ਦੱਸ ਰਹੇ ਸੀ ਤੁਸੀਂ ਕੋਈ ਫੈਸ਼ਨ ਸ਼ੋਅ ਵੀ ਪਲਾਨ ਕਰ ਰਹੇ ਹੋ। ਹਾਂ, ਇੱਕ ਫੈਸ਼ਨ ਸ਼ੋਅ ਅਸੀਂ ਕਰ ਰਹੇ ਹਾਂ ਪਲਾਨ, ਕਿਉਂਕਿ ਉਹ ਇਸ ਲਈ ਕਰ ਰਹੇ ਕਿਉਂਕਿ ਕਾਫੀ ਸਾਰੇ ਨਾ ਜਿਹੜੇ ਯੰਗਸਟਰਸ ਨੇ ਸਾਨੂੰ ਜਿਹੜੇ ਮੂਵੀਜ਼ ਲਈ ਮਿਲਦੇ ਨੇ ਸਾਨੂੰ ਫੈਸ਼ਨ ਸ਼ੋਅਸ ਤੋਂ ਮਿਲ ਜਾਂਦੇ ਨੇ, ਕਿ ਉਹਨਾਂ ਨੂੰ ਅੱਗੇ ਕਾਫੀ ਸਾਰੇ ਫੈਸ਼ਨ ਸ਼ੋਅਸ ਹੋਏ ਨੇ ਲੁਧਿਆਣਾ, ਚੰਡੀਗੜ੍ਹ, ਜਲੰਧਰ, ਬਟ ਉਹਨਾਂ ਨੂੰ ਅੱਗੇ ਪਲੈਟਫਾਰਮ ਨਹੀਂ ਮਿਲਦਾ ਕੁਛ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਪਲੈਟਫਾਰਮ ਦੇਣ ਲਈ ਅਸੀਂ ਇਹਨਾਂ ਨੂੰ ਮੂਵੀਜ਼ ਦੇ ਵਿੱਚ ਚਾਂਸ ਦਈਏ ਜਾਂ ਸੌਂਗਸ ਵਿੱਚ ਇਹਨਾਂ ਨੂੰ ਪ੍ਰਮੋਟ ਕਰੀਏ, ਤਾਂ ਉਹ ਚੀਜ਼ਾਂ ਅਸੀਂ ਕਰਦੇ ਰਹਿੰਦੇ ਰੈਗੂਲਰ। ਹਾਂ, ਮਤਲਬ ਫੈਸ਼ਨ ਸ਼ੋਅ ਵੀ ਹੋ ਗਿਆ, ਡਾਂਸ, ਸਭ ਕੁਝ, ਮਤਲਬ ਕੋਈ ਚੀਜ਼ ਛੱਡਣੀ ਨਹੀਂ ਹੈ ਅਸੀਂ। ਠੀਕ ਹੈ ਜੀ, ਤੇ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਸ ਜੀ ਇਹ ਕਹਿਣਾ ਚਾਹੁੰਦਾ ਕਿ 30 ਮਈ ਨੂੰ ਆ ਰਹੀ ਹੈ ਅਸਲੀ ਦੌਲਤ ਸਿਨੇਮਾਜ਼ ਦੇ ਵਿੱਚ, ਅਤੇ ਤੁਸੀਂ ਜ਼ਰੂਰ ਸਾਰੇ ਦੇਖਣ ਜਾਇਓ ਅਤੇ ਦੱਸਿਓ ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ, ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਿਆਰ ਕਰਿਓ, ਕਿਉਂਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਜੋ ਅਗਰ ਤੁਸੀਂ ਆਹ ਮੂਵੀ ਪਸੰਦ ਕਰੋਗੇ ਤਾਂ ਨੈਕਸਟ ਅਸੀਂ ਹੋਰ ਵੀ ਅੱਗੇ ਅੱਛੀ ਅੱਛੀ ਮੂਵੀਜ਼ ਲੈ ਕੇ ਆਉਂਦੇ ਰਹਾਂਗੇ। ਬਾਕੀ ਹਾਂ ਜੀ, ਪੇਰੈਂਟਸ ਦੀ ਇੱਜ਼ਤ ਕਰੋ, ਕਿਉਂਕਿ ਉਹਨਾਂ ਦੇ ਨਾਲ ਹੀ ਆਪਾਂ ਹੈਗੇ ਹਾਂ, ਅਗਰ ਉਹ ਹੈ ਨਹੀਂ ਤਾਂ ਅਸੀਂ ਵੀ ਕੁਛ ਹੈ ਨਹੀਂ। ਅਮਿਤ ਜੀ, ਗੌਤਮ ਜੀ, ਸਾਡੇ ਸ਼ੋਅ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।